ਤੁਸੀਂ ਏਵਨ ਪੰਜਾਬੀ ਚੈਨਲ ਬਾਰੇ ਕੁਝ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਏਵਨ ਚੈਨਲ ਨੂੰ, ਪੰਜਾਬੀਆਂ ਨੂੰ ਵਧਾਈ ਦਿੰਦਾ, ਕਿਉਂਕਿ ਜਿਸ ਤਰੀਕੇ ਨਾਲ ਨਿਡਰ ਔਰ ਨਿਰਪੱਖ ਹੋ ਕੇ ਪੰਜਾਬ ਦੇ ਭਲੇ ਦੇ ਲਈ, ਪੰਜਾਬ ਦੇ ਹਿੱਤ ਲਈ ਕੰਮ ਕਰ ਰਿਹਾ, ਉਹ ਬਹੁਤ ਘੱਟ ਲੋਕ ਚੈਨਲ ਇਸ ਤਰ੍ਹਾਂ ਨੇ ਜੋ ਨਿਰਪੱਖ ਹੋ ਕੇ, ਨਿਡਰ ਹੋ ਕੇ ਆਪਣੀ ਆਵਾਜ਼ ਉਠਾਉਂਦੇ ਨੇ। ਮੈਂ ਵੀ ਚੈਨਲ ਦੇ ਮਾਧਿਅਮ ਨਾਲ ਹੀ ਦੇਖਿਆ ਕਿ ਉਹਨਾਂ ਨੇ ਪਾਖੰਡੀ ਬਾਬਿਆਂ ਦਾ ਪਰਦਾ ਪਾਸ ਕੀਤਾ, ਔਰ ਜਿਸ ਤਰ੍ਹਾਂ ਕਬਾੜ ਮਾਰਕੀਟ ਦੀਆਂ ਗੱਡੀਆਂ, ਇਹਨਾਂ ਦੇ ਮੁੱਦੇ ਨੂੰ ਵਿਸ਼ੇਸ਼ ਰੂਪ 'ਚ ਉਠਾਇਆ। ਟਰੈਵਲ ਏਜੰਟ ਜੋ ਬੜੇ ਪੱਧਰ ਦੇ ਉੱਤੇ ਠੱਗੀ, ਠੋਰੀ, ਧੋਖੇਬਾਜ਼ੀ ਆਮ ਲੋਕਾਂ ਨੂੰ ਸਤਾਉਣ ਦੇ ਵਿੱਚ ਔਰ ਉਹਨਾਂ ਦਾ ਦੁੱਖ ਵਧਾਉਣ ਦੇ ਵਿੱਚ ਕਿ ਉਹਨਾਂ ਨੂੰ ਬਾਹਰ ਭੇਜਣ ਦੇ ਨਾਮ 'ਤੇ ਠੱਗਿਆ ਜਾ ਰਿਹਾ, ਉਹਦਾ ਵੀ ਪਰਦਾ ਫਾਸ ਕੀਤਾ। ਮੈਂ ਏਵਨ ਪੰਜਾਬੀ ਚੈਨਲ ਨੂੰ ਬਹੁਤ ਬਹੁਤ ਵਧਾਈ ਦਿੰਦਾ, ਆਪਣੀ ਸ਼ੁਭਕਾਮਨਾ ਦਿੰਦਾ ਕਿ ਉਹ ਹੋਰ ਤਰੱਕੀ ਕਰੇ ਔਰ ਪੰਜਾਬ ਦੇ ਹਿੱਤ ਦੇ ਲਈ, ਦੇਸ਼ ਦੇ ਹਿੱਤ ਲਈ ਲੋਕਾਂ ਨੂੰ ਜਾਗਰੂਕ ਕਰਦਾ ਰਹੇ। ਇਹ ਮੇਰੀ ਪਾਰਟੀ ਵੱਲੋਂ, ਮੇਰੇ ਵੱਲੋਂ ਸ਼ੁਭਕਾਮਨਾਵਾਂ।